ਅਸੀਂ ਜੀ ਸਾਰੇ ਜਣਿਆਂ ਨੂੰ ਕੀ ਹਾਲ ਚਾਲ ਹੈ ਸੱਜਣੋ। ਅੱਜ ਤੁਸੀਂ ਸੋਚਦੇ ਹੋਗੇ ਪਹਿਲਾਂ ਲਾਈਵ ਨਹੀਂ ਸੀ ਹੁੰਦਾ ਹਫ਼ਤਾ ਹਫ਼ਤਾ, ਤੇ ਹੁਣ 2 ਦਿਨ 'ਚ ਰੋਜ਼ ਹੀ ਲਾਈਵ ਹੋ ਜਾਂਦਾ। ਲਾਈਵ ਇਸ ਕਰਕੇ ਹੋਇਆ ਜੀ, ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਮੈਂ। ਥੈਂਕ ਯੂ ਵੈਰੀ ਮੱਚ ਕੁਵਾਰੀ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ ਜੀ, ਤੇਰੀ ਕੌਲ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ। ਕੁਵਾਰੀ ਦੇ 500,000 ਯੂਟਿਊਬ ਵਿਊਜ਼ ਹੋ ਗਏ ਜੀ ਇੱਕ ਦਿਨ ਦੇ ਵਿੱਚ, ਤੇ ਤੀਜੇ ਦਿਨ ਵਿੱਚ 250,000 ਹੋ ਚੁੱਕਾ ਹੈ ਜੀ ਤੇਰੀ ਕੌਲ ਦਾ। ਸੋ ਥੈਂਕ ਯੂ ਵੈਰੀ ਮੱਚ। ਤੁਸੀਂ ਉਹ ਦੇਖੀ ਵੀਰੇ, ਇੰਡੀਕੇਟਰ ਦਿੱਤੇ ਬਣਾਈ ਮੋੜ ਲਈ ਗੱਡੀ, ਤੇ ਧੰਨਵਾਦ ਤੁਹਾਡਾ ਸਾਰੇ ਜਣੇ ਸੱਜਣਾ ਮਿੱਤਰਾਂ ਦਾ। ਮਾਪੀ ਫੜਦਾ ਫੋਨ ਤੇ ਆ ਚੱਕੋ ਜੀ, ਸਾਰੇ ਜਣੇ ਹੋ ਗਏ ਲਾਈਵ। ਮੇਰਾ ਗੱਡੀ ਚਲਾਉਣ ਵੱਲ ਜ਼ਿਆਦਾ ਧਿਆਨ ਹੈ, ਸੋ ਕੈਮਰੇ ਵੱਲ ਸ਼ਾਇਦ ਘੱਟ ਦੇਖਾਂ, ਉਹਦੀ ਮਾਫ਼ੀ ਹੈ ਜੀ। ਤੇ ਸਾਰੇ ਜਣੇ ਜਿਹੜੇ ਸੱਜਣ ਨਾਲ ਨੇ ਉਹਨਾਂ ਨੂੰ ਇੰਟਰੋਡਿਊਸ ਕਰਾ ਦੇ ਨਾਲ ਸਾਡੇ ਨਾਲ ਸਾਡੇ ਪਿੱਛੇ ਗਗਨ ਜੀ ਦਾ ਵਿਆਹ 1 ਤਰੀਕ ਨੂੰ। ਨਹੀਂ ਗਗਨ ਨੀ, ਉਹ ਸੋਰੀ ਜੋਤ, ਜੋਤ ਦਾ ਗਗਨ ਲਈ ਨਹੀਂ ਹੈ। ਅੱਛਾ ਗਗਨ ਤੇ ਨਾਲ ਵੀ ਸਾਡੇ ਪੁੱਲਰ ਸਾਹਿਬ ਭੁੱਲਰ ਮੇਰੀ ਟੀਮ, ਤੇ ਇਸ ਕਰਕੇ ਜਦੋਂ ਮੈਂ ਸ਼ੂਟ ਕਰਕੇ ਘਰੇ ਆ ਜਾਂਦਾ ਤੇ ਮੈਂ ਬਾਕੀ ਕੌਨਸੈਪਟਸ ਤੇ ਸਟੂਡੀਓ ਚ ਕੰਮ ਕਰਦਾ, ਉਦੋਂ ਗਾਣੇ ਦੀ ਜਿਹੜੀ ਫਾਈਨਲ ਐਡੀਟਿੰਗ ਹੈ ਉਹਦੇ ਚ ਕੀ ਕਹਿੰਦੇ ਨੇ ਰਫ ਕੱਟ ਬਣਾਉਣੇ ਨੇ ਸਾਡੇ ਉਸਤਾਦ ਜੀ ਮੌਂਟੀ ਜੀ, ਜੋ ਸਾਡਾ ਛੇਤੀ ਕਿਤੇ ਫੋਨ ਨਹੀਂ ਚੱਕਦੇ। ਸੋ ਆਪਣੇ ਐਡੀਟਰਸ ਨਾਲ ਕੋਆਰਡੀਨੇਟ ਕਰਨਾ, ਰਫ ਕੱਟ ਬਣਵਾਉਣੇ, ਉਹ ਸਾਰਾ ਕੰਮ ਭੁੱਲਰ ਕਰਦਾ। ਸੋ ਅਸੀਂ ਜਿੰਨੀ ਦੇਰ ਬੇਸਿਕਲੀ ਇੰਜੋਏ ਕਰਦੇ ਹਾਂ ਉਹ ਸਾਰਾ ਟਾਈਮ ਭੁੱਲਰ ਸਾਡਾ ਕੰਮ ਕਰਦਾ। ਸੋ ਭੁੱਲਰ ਥੈਂਕ ਯੂ ਵੈਰੀ ਮੱਚ ਭਰਾ, ਲਵ ਯੂ, ਲਵ ਯੂ, ਬਹੁਤ ਸਾਰਾ ਪਿਆਰ ਮੇਰੇ ਭਰਾ ਭੁੱਲਰ ਨੂੰ। ਤੇ ਭੁੱਲਰ ਬਣਾ ਮੈਂ ਸੱਚੀ ਅੱਧਾ ਜੋਤ ਸਾਡਾ ਭਰਾ ਹੈ ਹੀ ਹੈ, ਮੋਪੀ ਨੇ ਜਾਣ ਕੇ ਕੈਮਰਾ ਉੱਥੇ। ਜੋਤ ਦਾ ਵਿਆਹ ਹੈ ਜੀ 1 ਤਰੀਕ ਦਾ ਵਿਆਹ ਹੈ, 2 ਨੂੰ ਰਿਸੈਪਸ਼ਨ ਹੈ। ਖੁੱਲਾ ਸੱਦਾ ਤਾਂ ਨੀ ਹੈਗਾ, ਪਟਿਆਲੇ ਕੇਟਰਸ ਦਾ ਨਾਮ ਵੀ ਸਾਨੂੰ ਪਤਾ ਲੱਗ ਗਿਆ, ਪਰ ਅਸੀਂ ਕੇਟਰਸ ਨੂੰ ਥੋੜੀ ਪਬਲਿਸਿਟੀ ਕਰ ਦੇਣੀ ਪੈਸੇ ਆਉਂਦੇ। ਅਮਨਦੀਪ ਵੀਰਾ ਤੇ ਬਰਾੜ ਸਾਹਿਬ ਕਹਿੰਦਾ ਸਤਿ ਸ੍ਰੀ ਅਕਾਲ, ਦੀਕਸ਼ਾ ਸ਼ਰਮਾ ਜੀ ਹੈਲੋ ਜੀ, ਤੇ ਇਸ਼ਾਨ ਜੀ, ਦਿਨੇਸ਼ ਪਾਲ ਸਿੰਘ ਜੀ, ਯੁਵਰਾਜ ਥੰਦਵੀਰਾ, ਨਮਨ ਪੰਧੇਰ ਬਾਈ ਜੀ ਤੇ ਦੀਪ ਕੌਰ ਮਾਨ, ਸਤਿ ਸ੍ਰੀ ਅਕਾਲ ਜੀ। ਆਕਾਸ਼ ਜੀ ਸਤਿ ਸ੍ਰੀ ਅਕਾਲ ਸਾਰੇ ਜਣਿਆਂ ਨੂੰ, ਤੇ ਥੈਂਕ ਯੂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਇੰਨਾ ਸ਼ੇਅਰ ਕਰ ਰਹੇ ਹੋ, ਇੰਨਾ ਪਿਆਰ ਕਰ ਰਹੇ ਹੋ। ਸਾਡੇ 2 ਗਾਣੇ ਆਏ, ਕੁਵਾਰੀ ਤੇ ਤੇਰੀ ਕੌਲ, ਤੇ ਅਸੀਂ ਦੋਨੋਂ ਗਾਣਿਆਂ ਨੂੰ ਇੰਨਾ ਸਪੋਰਟ ਕੀਤਾ। ਕੀ ਹਾਲ ਆ ਅੜੀ? ਹੈਲੋ ਵੀਰੇ, ਲਾਈਵ ਹੈ ਫੇਸਬੁੱਕ ਤੇ, ਹੈਲੋ ਕਹਿ ਦੋ ਸਾਰਿਆਂ ਨੂੰ। ਕਿਹੜੇ ਸਕੂਲ ਚ ਪੜ੍ਹਦਾ? ਚੰਡੀਗੜ੍ਹ ਬੈਪਟਿਸਟ। ਚੰਡੀਗੜ੍ਹ ਵਾਈਪੀਐਸ? ਨਹੀਂ, ਚੰਡੀਗੜ੍ਹ ਬੈਪਟਿਸਟ। ਅੱਛਾ, ਆਜੋ ਆਜੋ, ਟੇਕ ਅ ਸੈਲਫੀ ਵਿਦ ਮੀ। ਓਕੇ ਰਿਪੋਰਟ, ਥੈਂਕ ਯੂ, ਹੈਵ ਅ ਗੁੱਡ ਈਵਨਿੰਗ, ਟੇਕ ਕੇਅਰ। ਇੰਗਲਿਸ਼ ਚੱਲਦਾ ਪੂਰਾ। ਆਈ ਵਾਂਟ ਟੇਕ ਸੈਲਫੀ ਵਿਦ ਯੂ। ਓਕੇ, ਵੇਰ ਯੂ ਵਾਂਟ, ਦੈਨ ਆਈ ਯੂ ਲੈਟਸ ਡੂ ਸੈਲਫੀ। ਠੀਕ ਆ, ਠੀਕ ਆ, ਯੈਸ ਓਕੇ ਹੈ ਕੰਮ। ਤੇ ਚੰਡੀਗੜ੍ਹ ਵਾਲੇ ਦੇ ਨਾ ਨਿੱਕੇ ਨਿੱਕੇ ਇੰਗਲਿਸ਼ ਚ ਹੀ ਬੋਲਦੇ ਨੇ, ਆ ਬਿਗ ਫੈਨ ਆਫ ਯੂਅਰਸ, ਵਾਂਟ ਸੈਲਫੀ ਵਿਦ ਯੂ। ਓਕੇ, ਇੱਧਰ ਸਾਡੇ ਵਾਲੇ ਪਟਿਆਲੇ ਵਾਲੇ ਕਹਿੰਦਾ ਵੀਰੇ ਫੋਟੋ ਕਰਾ ਲਾ ਯਾਰ, ਤੂੰ ਫੋਟੋ ਨਹੀਂ ਕਰਾਉਂਦਾ, ਆ ਜਾ ਬਈ ਫੋਟੋ ਕਰਾ। ਤੇ ਜਿੰਨੇ ਸੱਜਣ ਮਿੱਤਰ ਪਿਆਰ ਦੇਣ ਵਾਲੇ ਤੁਸੀਂ ਸਾਰੇ ਜਾਣੇ, ਥੈਂਕ ਯੂ ਵੈਰੀ ਮੱਚ। ਗਾਣੇ ਨੂੰ ਮੈਂ ਕਹਿ ਰਿਹਾ ਸੀਗਾ, ਦੋਨੋਂ ਗਾਣੇ ਅਸੀਂ ਦੋਨੋਂ ਗਾਣੇ ਨੂੰ ਇਕੁਅਲੀ ਸਪੋਰਟ ਕੀਤਾ, ਇਕੁਅਲੀ ਪਿਆਰ ਦਿੱਤਾ। ਹਰਸਿਮਨ ਵੀਰੇ ਵਾਲਾ ਅੱਜ 250,000 ਤੇ ਹੈ, ਤੇ ਕੁਵਾਰੀ 500,000 ਤੇ 1 ਦਿਨ ਚ ਵਿਊਜ਼ ਤੇ ਖੁੱਲਿਆ। ਪੀਟੀਸੀ ਵਾਲੇ ਸਾਰੇ ਜਾਣੇ ਵਧੀਆ ਗਾਣਾ ਚੱਲ ਰਿਹਾ, ਤੇ ਥੈਂਕ ਯੂ ਵੈਰੀ ਮੱਚ ਜੀ। ਤੇ ਹਰਸਿਮਨ ਵੀਰ ਨੂੰ ਲੈ ਕੇ ਥੋੜ੍ਹਾ ਜਿਹਾ ਅਸੀਂ ਕੀ ਕਹਿੰਦੇ ਨੇ, ਮੈਂ ਥੋੜ੍ਹਾ ਜਿਹਾ ਵਰਿਡ ਸੀ ਉਹ ਗਾਣਾ ਲੈ, ਕਿਉਂਕਿ ਬਾਈ ਦੇ ਨਾ 8-9 ਗਾਣੇ ਬਣੇ ਹੋਏ ਸੀ। ਤੇਰੀ ਕੌਲ ਮੇਰੀ ਚੋਇਸ ਸੀ, ਮੈਨੂੰ ਵਧੀਆ ਲੱਗਾ ਸੀ। ਈਵਨ ਕਿ ਕੁਵਾਰੀ ਗਾਣਾ ਵੀ, ਮਨਕਿਰਤ ਦੇ 7-8 ਗਾਣੇ ਬਣੇ ਹੋਏ ਸੀ। ਕੁਵਾਰੀ ਵਾਜ਼ ਵਨ ਆਫ ਮਾਈ ਫੇਵਰੇਟ। ਜਦੋਂ ਅਸੀਂ ਗੱਲਾਂ ਮਿੱਠੀਆਂ ਸ਼ੂਟ ਕਰਨਾ ਸੀਗਾ, ਉਦੋਂ ਕੁਵਾਰੀ ਦਾ ਆਡੀਓ ਆਇਆ ਸੀਗਾ, ਯਾਨੀ ਲਿਰਿਕਸ ਆਏ ਸੀਗੇ ਗੱਲਾਂ ਮਿੱਠੀਆਂ ਵੇਲੇ। ਮੈਂ ਗੱਲਾਂ ਮਿੱਠੀਆਂ ਵੇਲੇ, ਮੈਨੂੰ ਯਾਦ ਸੀਗਾ ਕਿ ਕੁਵਾਰੀ ਗਾਣਾ ਰੈਡੀ ਹੈ ਮਨਕਿਰਤ ਕੋਲ, ਮੈਂ ਲਿਰਿਕਸ ਪਏ ਨੇ, ਤਾਂ ਜੱਟ ਦੇ ਬਲੱਡ ਤੋਂ ਬਾਅਦ ਮੈਂ ਉਦੋਂ ਕਿਹਾ ਸੀ ਮਨਕਿਰਤ ਨੂੰ ਕਿ। ਸੋ ਜਦੋਂ ਮੈਨੂੰ ਕਾਫੀ ਹੁੰਦਾ ਹੈ ਕਿ ਜਦੋਂ ਤੁਸੀਂ ਇੰਨੀ ਪ੍ਰੋਜੈਕਟ ਨੂੰ ਨੀਟ, ਮਤਲਬ ਬੋਟਮ ਲੈਵਲ ਤੋਂ ਤੁਸੀਂ ਉਹਦੇ ਨਾਲ ਜੁੜੇ ਹੁੰਦੇ ਹੋ, ਲਿਰਿਕਸ ਤੁਹਾਡੇ ਸਾਹਮਣੇ ਕੱਚੇ ਆਉਂਦੇ ਨੇ, ਫਿਰ ਹੌਲੀ ਹੌਲੀ ਉਹਦੀ ਡੰਮੀ ਬਣਦੀ ਹੈ, ਫਿਰ ਤੁਸੀਂ ਪਲਾਨ ਕਰਦੇ ਹੋ ਗਾਣੇ ਨੂੰ ਰਿਲੀਜ਼ ਕਰਨਾ ਹੈ, ਉਹਦੀ ਵੀਡੀਓ ਕਰਨੀ ਹੈ। ਸੋ ਰੀਲੀ ਐਕਸਾਈਟਿਡ ਫੋਰ ਦੈਟ। ਪਲੱਸ ਇੱਕ ਗੱਲ ਹੋਰ ਹੈ ਜੀ ਭਰਾ, ਮੇਰੇ ਦਾ ਨਿੰਜੇ ਦਾ ਕੱਲ੍ਹ ਗਾਣਾ ਆ ਰਿਹਾ ਫਲਾਇੰਗ ਕਾਰ, ਤੇ ਉਹਦੀ ਵੀਡੀਓ ਮੈਂ ਨਹੀਂ ਕੀਤੀ ਹੈਗੀ, ਉਹ ਕੈਨੇਡਾ ਦੇ ਵੀਰੇ ਨੇ ਕੀਤੀ ਹੈ, ਪਰ ਨਿੰਜਾ ਭਰਾ ਆਇਆ ਮੇਰਾ ਤੇ ਸਾਡੀ ਟੀਮ ਉਹੀ ਆ। ਸੋ ਬੈਸਟ ਆਫ ਲੱਕ ਨਿੰਜੇ ਨੂੰ ਵੀ, ਨਿੰਜੇ ਦੀ ਵੀਡੀਓ ਦੇ ਲਈ ਵੀ, ਤੇ ਕੀ ਕਹਿੰਦੇ ਨੇ ਗਾਣਾ ਫਲਾਇੰਗ ਕਾਰ ਤੇਰੇ ਯਾਰ ਦੀ ਜੰਮਿਆ ਨਾ ਕੋਈ ਪਾਈ ਜਾ ਲਾਈ ਜਾਵੇ ਰੇਸ ਨੀ, ਤੇ ਉਹ ਗਾਣੇ ਨੂੰ ਵੀ ਸਾਰਿਆਂ ਨੇ ਸਪੋਰਟ ਕਰਨਾ ਨਿੰਜੇ ਭਰਾ ਨੂੰ। ਤੇ ਤੂੰ ਕਹਿੰਦਾ ਸੀਗਾ ਉਹ ਅੱਛਾ ਮੁੜਨਾ ਸੀਗਾ, ਮੈਂ ਕਿਹਾ ਜੋਤ ਨੇ ਹੌਲੀ ਹੱਥ ਰੱਖਿਆ ਮੋਢੇ ਤੇ, ਮੈਂ ਜੋਤ ਗੱਲਬਾਤ ਕਹਿਣੀ ਚਾਹੁੰਦਾ। ਐਨੀਵੇਜ਼,
ਜਿੰਨੇ ਵੀ ਸੱਜਣ ਮਿੱਤਰ ਵੀਡੀਓ ਦੇਖ ਰਹੇ ਨੇ ਲਾਈਵ ਨੇ ਸੌਰੀ ਮੈਂ ਡਰਾਈਵ ਕਰ ਰਿਹਾ ਤੁਹਾਡਾ ਨਾਮ ਨਹੀਂ ਪੜ ਸਕਦਾ ਕੈਮਰੇ ਵੱਲ ਵੀ ਥੋੜਾ ਘੱਟ ਦੇਖ ਰਿਹਾ ਉਮੀਦ ਕਰਦਾ ਸਹੀ ਚੀਜ਼ ਕਰਨ ਦੀ ਕੋਸ਼ਿਸ਼ ਕਰਾਂ ਕਿੱਥੇ ਜਾ ਰਹੇ ਸਾਰੇ ਮੇਰੇ ਸੱਜਣ ਮਿੱਤਰ ਅਸੀਂ ਚੱਲੇ ਆ ਸਟੂਡੀਓ ਵੀਰੇ ਮੌਂਟੀ ਕੰਮਾ ਕਰ ਰਹੇ ਅੱਛਾ ਕੰਮਾ ਕਰ ਰਹੇ ਮੌਂਟੀ ਕੋਲੇ ਚੱਲੇ ਆਗੇ ਮੌਂਟੀ ਭਰਾ ਦੇ ਦੇ ਗਾਣਾ ਐਡਿਟ ਕਰਕੇ ਪਿੱਛੇ ਨਹੀਂ ਜਾਣਾ ਆਪਾਂ ਆਈ ਯੂ ਮਾਰਨੀ ਪੈਣੀ ਮੁੜੇ ਨਹੀਂ ਉਦੋਂ ਆਪਾਂ ਓਕੇ ਉਹ ਤੈਨੂੰ ਤੇ ਇੱਕ ਵਾਰੀ ਫਿਰ ਤੋਂ ਆਪਣਾ ਤੁਹਾਡੇ ਸਾਰਿਆਂ ਦਾ ਧੰਨਵਾਦ ਗੋਡ ਬਲੈਸ ਯੂ ਜਿਉਂਦੇ ਵਸਦੇ ਰਹੋ ਮੋਪੀ ਬਹੁਤ ਨਾਈਸ ਬੰਦਾ ਯਾਰ ਓਏ ਨਾ ਲਾਈਵ ਚੱਲੂ ਹੁਣ ਫਿਰ ਓਏ ਮੋਪੀ ਭਰਾ ਸਾਡਾ ਵੀਰਾ ਜਿਉਂਦੇ ਵਸਦੇ ਰਹੋ ਐਵੇਂ ਪਿਆਰ ਦਿੰਦੇ ਰਹੋ ਜੀ ਕੁਵਾਰੀ ਨੂੰ ਤੇਰੀ ਕਾਲ ਨੂੰ ਸਪੋਰਟ ਕਰਦੇ ਰਹੋ ਸ਼ੇਅਰ ਕਰਦੇ ਰਹੋ ਆਈ ਲਵ ਯੂ ਆਲ